ਖੋਰੀ ਦੇ ਆ ਕੇ ਭਾਵੇਂ ਸਲਿਪ ਕਰ ਜਾਵੇ, ਇੰਨੀ ਖੋਰੀ ਲਾ ਦਿੱਤੀ ਅੱਗੇ ਉਸਤਾਦ ਨੇ। ਬਸ ਹਾਂਜੀ, ਪਿੱਛੇ ਨੂੰ 260 ਆਸਰਾ ਕਰੇਗਾ ਜੀ। ਵੀਡੀਓ ਦਾ ਕੈਮਰਾ ਮੇਰੇ ਕੋਲ ਬੰਦ ਹੋ ਗਿਆ ਸੀ, ਸੋ ਕਲਿੱਪ ਬਣ ਨਹੀਂ ਸਕਿਆ। ਮੋੜ 'ਤੇ ਜਾ ਕੇ ਸਾਠੇ ਦੀ ਲੈਟ ਟੁੱਟ ਜਾਂਦੀ ਹੈ, ਇਸ ਕੋਲੋਂ ਮੋੜ 'ਤੇ ਉਹ ਜ਼ੋਰ ਲਾਉਣੋਂ ਖਲੋ ਰਹਿੰਦਾ ਅਤੇ ਟਰਾਲਾ ਵੀ ਖਲੋ ਰਹਿੰਦਾ। 700 ਮਣ ਵਜ਼ਨ ਹੋਇਆ ਸੀ ਇਹ। ਬੈਕ ਕਰ ਲਾ, ਬੈਕ ਥੋੜ੍ਹੇ ਪਿੱਛਾ ਹੋ, ਪਿੱਛਾ ਕਹੋ, ਪਿੱਛਾ ਹੋ ਥੋੜ੍ਹਾ ਜਿਹਾ, ਫਿਰ ਅੱਗੇ ਜਾਏਗਾ। ਲਓ ਜੀ, ਇੱਥੇ 60-85 ਸਾਹਿਬ ਆ ਕੇ ਰੁਕ ਗਏ ਸੀ ਇਸ ਕੋਲੋਂ। ਇਹਦਾ ਟਾਇਰ 85 ਦਾ ਪਰਾਂ, ਮੁੜਦਿਆਂ ਮੁੜਦਿਆਂ 60 ਪਿੱਛੇ ਨਾ ਲੱਗਣ ਦੀ ਵਜ੍ਹਾ ਤੋਂ 60-85 ਜਿਹੜਾ ਉਹ ਚੜ ਗਿਆ ਜਾ ਕੇ ਸਿੱਧਾ ਪੱਠਿਆਂ 'ਚ। ਮੁੜਦਿਆਂ ਮੁੜਦਿਆਂ 85 ਦਾ ਟਾਇਰ ਚਲਾ ਗਿਆ ਪਰਲੀ ਸਾਈਡ ਦਾ, ਪੱਠਿਆਂ ਦੇ ਵੱਟ ਦੇ ਉੱਤੇ ਨਰਮ ਵੱਟ ਸੀਗੀ ਉਹ, ਅਤੇ ਅਗਲਾ ਟਾਇਰ ਉਹਦਾ ਪੱਠਿਆਂ ਦੇ ਵਿੱਚ ਚਲਾ ਗਿਆ। ਅਤੇ ਹੁਣ ਉਹਨੂੰ ਖਿੱਚ ਕੇ ਉਹਨਾਂ ਮੋੜਨਾ ਮੁਸ਼ਕਲ ਹੈ, ਕਿਉਂਕਿ ਪਰਲਾ ਟਾਇਰ ਸਲਿਪ ਕਰੀ ਜਾਂਦਾ ਉਹਦਾ ਪੱਠਿਆਂ ਦੇ ਵਿੱਚ। ਬਸ ਰੋਕ 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 ਟਰੈਕਟਰ ਲਈ ਆਉਂਦੇ ਆ ਅੱਗੇ। ਆਹ ਲੀਹ ਬਹੁਤ ਖਤਰਨਾਕ ਹੈ, ਇੱਥੋਂ ਅੱਗੇ ਕੋਈ ਸ਼ੈ ਨਹੀਂ ਲੰਘੀ ਹੈਗੀ ਆ। ਖਾਲੀ ਟਰੈਕਟਰ ਲੰਘ ਕੇ ਗਏ ਅਤੇ ਖਾਲੀ ਟਰਾਲਾ ਲੰਘ ਕੇ ਗਿਆ। ਆ ਵੇਖ ਲਓ ਕੱਚੀ ਲੀਹ ਆ ਅਤੇ ਦੋਰ ਵੱਜੀ ਪਈ ਆ ਡਿਸਕਾਂ ਦੀ। ਵੀ ਇਹ ਨਵੀਂ ਲੀਹ ਤੇ ਚਲੇ ਗਏ ਨੇ। ਜਿੱਥੋਂ ਖਾਲੀ ਵੀ ਕੋਈ ਸ਼ੈ ਨਹੀਂ ਲੰਘੀ, ਕੰਮ ਨਾ ਕਰ ਪੈਣ, ਪੈਰ ਫੁੱਪਣ ਦੇ ਵਿੱਚ। ਟਾਇਰਾਂ ਦੇ ਅੱਗੇ ਮਿੱਟੀ ਵੇਖ ਲਓ ਕਿਵੇਂ ਤੋਰਦੀ ਹੈ।